ਇੱਕ ਵਾਰ ਜੀ ਇੱਕ ਬੰਦਾ ਡਾਕਟਰ ਕੋਲ ਜਾਂਦਾ, ਕਹਿੰਦਾ ਡਾਕਟਰ ਸਾਹਿਬ ਮੈਨੂੰ ਮਾਈਗ੍ਰੇਨ ਆ, ਮਤਲਬ ਸਿਰ 'ਚ ਬਹੁਤ ਦਰਦ ਹੁੰਦੀ, ਕਹਿੰਦਾ ਕਈ ਸਾਲਾਂ ਤੋਂ ਠੀਕ ਨਹੀਂ ਹੋ ਰਹੀ। ਡਾਕਟਰ ਸਾਹਿਬ ਡਾਕਟਰ ਨੇ ਸਾਰੀਆਂ ਰਿਪੋਰਟਾਂ ਚੈੱਕ ਕਰਦਾ, ਦੇਖਦਾ, ਹਰ ਚੀਜ਼ ਦਵਾਈ ਖਾ ਚੁੱਕਾ ਹੁੰਦਾ, ਹਰ ਮੱਲਮ ਮਲ ਚੁੱਕਾ ਹੁੰਦਾ, ਹਰ ਚੀਜ਼ ਕਰਾ ਚੁੱਕਾ ਹੁੰਦਾ, ਮਾਲਸ਼ਾਂ ਮੂਲਸ਼ਾਂ ਸਭ ਕੁਛ। ਅਤੇ ਡਾਕਟਰ ਕਹਿੰਦਾ ਦੇਖ ਵੀ ਤੂੰ ਸਾਰੀਆਂ ਦਵਾਈਆਂ ਕਹਿੰਦਾ ਖਾ ਚੁੱਕਾ, ਹਰ ਇਲਾਜ ਕਰਾ ਚੁੱਕਾ। ਕਹਿੰਦਾ ਮੈਨੂੰ ਵੀ ਪਹਿਲਾਂ ਮਾਈਗ੍ਰੇਨ ਹੁੰਦੀ ਸੀ, ਮੈਂ ਕਹਿੰਦਾ ਨੂੰ ਆਪਣਾ ਤਰੀਕਾ ਦੱਸਦਾ ਹਾਂ। ਕਹਿੰਦਾ ਮੈਂ ਘਰ ਜਾਂਦਾ ਐਨ, ਕਹਿੰਦਾ ਟੱਬ ਭਰ ਲਈਦਾ ਪਾਣੀ ਨਾਲ, ਕੋਸੇ ਪਾਣੀ ਨਾਲ, ਉਹ 'ਚ ਨੰਗੇ ਹੋ ਕੇ ਲੰਮੇ ਪੈ ਜਾਈਦਾ। ਤਾਂ ਜਨਾਨੀ ਕਹਿੰਦੀ ਮੇਰੇ ਗਿੱਲਾ ਕੱਪੜਾ, ਕੋਸਾ ਕੱਪੜਾ ਸਿਰ 'ਤੇ ਰੱਖਦੀ ਆ, ਅਤੇ ਉਹਨਾਂ ਕਹਿੰਦਾ ਫਰਕ ਪੈਂਦਾ। ਫਿਰ ਕਹਿੰਦਾ ਮੈਂ ਉੱਥੇ ਉੱਠ ਕੇ ਸਿੱਧਾ ਜਾਨੀ ਨੂੰ ਲੈ ਕੇ ਬੈਡਰੂਮ ਚਲ ਜਾਂਦਾ, ਕਹਿੰਦਾ ਉੱਥੇ ਜਾ ਕੇ ਕਹਿੰਦਾ ਆਪਾਂ ਸੈਕਸ ਕਰੀਦਾ, ਚਾਹੇ ਦਿਲ ਹੋਵੇ ਨਾ ਹੋਵੇ। ਕਹਿੰਦਾ ਬਹੁਤ ਫਰਕ ਪੈਂਦਾ ਜੀ ਕਹਿੰਦਾ ਮਾਈਗ੍ਰੇਨ ਨੂੰ, ਕਹਿੰਦਾ ਮੇਰੀ ਬਿਲਕੁਲ ਕਹਿੰਦਾ ਠੀਕ ਹੋ ਗਈ। ਕਹਿੰਦਾ ਤੂੰ ਵੀ ਇਹੀ ਚੀਜ਼ ਟਰਾਈ ਕਰ, 6 ਹਫ਼ਤੇ ਬਾਅਦ ਮੇਰੇ ਕੋ ਆਈ। ਬੰਦਾ ਕਹਿੰਦਾ ਠੀਕ ਆ ਡਾਕਟਰ ਸਾਹਿਬ, ਜੋ ਤੁਹਾਡਾ ਹੁਕਮ ਆ ਕਹਿੰਦਾ ਜੀ। ਅਤੇ ਬੰਦਾ 6 ਹਫ਼ਤੇ ਬਾਅਦ ਆਉਂਦਾ, ਐਨ ਦੰਦ ਖੁੱਲ੍ਹੇ, ਹੱਸ ਰਿਹਾ ਹੁੰਦਾ, ਖੁਸ਼ ਹੁੰਦਾ ਪੂਰਾ। ਕਹਿੰਦਾ ਵਾਹ ਜੀ ਡਾਕਟਰ ਸਾਹਿਬ, ਕਹਿੰਦਾ ਬਹੁਤ, ਕਹਿੰਦਾ 90% ਕਹਿੰਦਾ ਫਰਕ ਪੈ ਗਿਆ। ਡਾਕਟਰ ਕਹਿੰਦਾ ਚੱਲ ਵਧੀਆ। ਕਹਿੰਦਾ ਡਾਕਟਰਾਂ ਦਾ ਫਰਜ਼ ਹੁੰਦਾ ਇਲਾਜ ਕਰਨਾ, ਤੈਨੂੰ ਫਰਕ ਪੈ ਗਿਆ, ਮੈਨੂੰ ਬਹੁਤ ਖੁਸ਼ੀ ਆ। ਪਰ ਡਾਕਟਰ ਸਾਹਿਬ ਕਹਿੰਦਾ ਮੈਂ ਹੁਣ ਕੰਪਲੀਮੈਂਟ ਦੇਣਾ ਚਾਹੁੰਦਾ। ਕਹਿੰਦਾ ਦੱਸ ਵੀ ਕੀ ਕੰਪਲੀਮੈਂਟ ਆ? ਕਹਿੰਦਾ ਜੀ ਗੱਲ ਦੱਸੋ, ਤੁਹਾਡਾ ਬਿਲਡਰ ਕੌਣ ਸੀ? ਕਹਿੰਦਾ ਤੁਹਾਡਾ ਘਰ ਬਹੁਤ ਸੋਹਣਾ ਡਾਕਟਰ ਸਾਹਿਬ।